ਨਾਭਾ ਵਿਖੇ ਐਸਟੀਐਮ ਦਫ਼ਤਰ ਦੇ ਬਾਹਰ ਦੀ ਰੈਨਵਿਊ ਪਟਵਾਰ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਪਟਵਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਟਵਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੰਮ ਬੰਦ ਕਰ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ ਗਏ। ਪਟਵਾਰੀਆਂ ਦਾ ਕਾਨੂੰਗੋ ਐਸੋਸੀਏਸ਼ਨ ਵੱਲੋਂ ਵੀ ਸਮਰਥਨ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪਟਵਾਰੀ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਬਾਵਾ ਅਤੇ ਜਨਰਲ ਸਕੱਤਰ ਪ੍ਰਿੰਸ ਉੱਪਲ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ। ਪ੍ਰਧਾਨ ਡੀ ਰੈਵਨਿਊ ਪਟਵਾਰ ਯੂਨੀਅਨ ਸਾਡੇ ਨਾਲ ਇੱਥੇ ਡੀ ਰੈਵਨਿਊ ਕਾਨਗੋ ਐਸੋਸੀਏਸ਼ਨ ਵੀ ਸਮਰਥਨ ਕਰ ਰਹੀ ਹੈ। ਅਸੀਂ ਆਪਣੀਆਂ ਜਿਹੜੀਆਂ ਮੰਗਾਂ ਲਟਕ ਰਹੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ, ਪਰੰਤੂ ਪੰਜਾਬ ਸਰਕਾਰ ਵੱਲੋਂ ਕੋਈ ਵੀ ਧਿਆਨ ਸਾਡੀਆਂ ਮੰਗਾਂ ਵੱਲ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਸੰਬੰਧ 'ਚ ਅੱਜ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਵਿੱਤ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਮੁਜ਼ਾਹਰਾ ਕਰਾਂਗੇ। ਅਤੇ ਅੱਜ ਦਾ ਦਿਨ ਪੂਰੇ ਪੰਜਾਬ ਭਰ ਦੇ ਵਿੱਚ ਸਾਰਾ ਮਾਲ ਮਹਿਕਮੇ ਦਾ ਕੰਮ ਆ ਜਿਹੜਾ ਪੂਰੀ ਤਰ੍ਹਾਂ ਠੱਪ ਕੀਤਾ ਜਾਊਗਾ। ਡੀ ਰੈਵਨਿਊ ਅਫਸਰ ਐਸੋਸੀਏਸ਼ਨ ਵੱਲੋਂ ਵੀ ਸਾਨੂੰ ਪੂਰਾ ਸਮਰਥਨ ਕੀਤਾ। ਕੀ ਮੁੱਖ ਮੰਗਾਂ ਤੁਹਾਡੀਆਂ ਕੀ ਨੇ? ਮੁੱਖ ਮੰਗਾਂ ਸਾਡੀਆਂ ਜੀ, ਜਿਹੜੀਆਂ 2016 ਦੇ ਵਿੱਚ ਭਰਤੀ ਹੋਈ ਹੈ ਪਟਵਾਰੀਆਂ ਦੀ 1200 ਦੇ ਕਰੀਬ, ਉਹਨਾਂ ਦਾ ਪਹਿਲਾਂ 1.5 ਸਾਲ ਦਾ ਟ੍ਰੇਨਿੰਗ ਦਾ ਸਮਾਂ, ਉਸ ਤੋਂ ਬਾਅਦ ਪਰਖ ਕਾਲ ਦਾ ਸਮਾਂ ਸਟਾਰਟ ਹੁੰਦਾ 3 ਸਾਲ ਦਾ, ਜਦਕਿ ਬਾਕੀ ਸਾਰੇ ਵਿਭਾਗਾਂ ਦੇ ਵਿੱਚ ਪਰਖ ਕਾਲ ਦੇ ਅੰਦਰ ਹੀ ਟ੍ਰੇਨਿੰਗ ਦਾ ਸਮਾਂ ਸ਼ਾਮਿਲ ਹੁੰਦਾ। ਤੋ ਸਾਡੀ ਵੀ ਇਹ ਮੰਗ ਹੈ ਵੀ 3 ਸਾਲ ਦੇ ਪ੍ਰਵੇਸ਼ਨ ਦੇ ਵਿੱਚ ਜਿਹੜਾ ਇਹਨਾਂ ਨੇ ਟ੍ਰੇਨਿੰਗ ਅਲੱਗ ਰੱਖੀ ਹੈ ਉਹਨੂੰ ਪਹਿਲਾਂ ਤਾਂ ਸ਼ਾਮਿਲ ਕੀਤਾ ਜਾਵੇ, ਅਤੇ ਜਿਹੜਾ ਪਰਖ ਕਾਲ ਦਾ ਸਮਾਂ ਉਹਨੂੰ ਵੀ ਘਟਾ ਕੇ 2 ਸਾਲ ਕੀਤਾ ਜਾਵੇ। ਸਾਡੀ ਮੰਗ ਹੈ ਵੀ ਕਾਨਗੋ ਜਿਹੜੇ ਸਾਡੇ ਨੇ 50% ਕੋਟਾ ਉਹਨਾਂ ਨੂੰ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਦੇ ਲਈ ਦਿੱਤਾ ਗਿਆ, ਜਦਕਿ ਬਾਕੀ ਭਰਤੀ ਕਲੈਰੀਕਲ ਸਟਾਫ 'ਚੋਂ ਕਰੀ ਜਾਂਦੀ ਹੈ ਜਾਂ ਸਿੱਧੀ ਭਰਤੀ ਕਰੀ ਜਾਂਦੀ ਹੈ। ਜਦਕਿ ਸਾਡੀ ਮੰਗ ਹੈ ਵੀ ਕਾਨਗੋ ਐਸੋਸੀਏਸ਼ਨ ਦੇ ਵਿੱਚੋਂ ਹੀ ਜਿਹੜਾ 100% ਕੋਟਾ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਲਈ ਹੋਣਾ ਚਾਹੀਦਾ। 2004 ਤੋਂ ਬਾਅਦ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਮੁਲਾਜ਼ਮਾਂ 'ਤੇ ਲਾਗੂ ਨਹੀਂ ਕੀਤੀ ਗਈ, ਬੰਦ ਕਰ ਦਿੱਤੀ ਗਈ ਹੈ, ਅਤੇ NPS ਨੂੰ ਲਾਗੂ ਕਰ ਦਿੱਤਾ ਗਿਆ। ਸਾਡੀ ਮੰਗ ਹੈ ਵੀ ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਉਹ ਬਹਾਲ ਕੀਤੀ ਜਾਵੇ। ਪਟਵਾਰੀਆਂ ਦੇ ਦਫ਼ਤਰ ਦੇ ਵਿੱਚ ਬੈਠਣ ਦੇ ਲਈ ਉਹਨਾਂ ਦੇ ਕੋਈ ਸੁਵਿਧਾ ਨਹੀਂ ਹੈਗੀ, ਕਿਸੇ ਤਰ੍ਹਾਂ ਦੇ ਉਹਨਾਂ ਨੂੰ ਦਫ਼ਤਰ ਵਰਕ ਸਟੇਸ਼ਨ ਅਲਾਊਟ ਨਹੀਂ ਕੀਤੇ ਗਏ, ਸਾਰੇ ਪ੍ਰਾਈਵੇਟ ਥਾਵਾਂ ਦੇ ਉੱਪਰ ਬੜੀ ਮੁਸ਼ਕਲ ਦੇ ਨਾਲ ਕੰਮ ਕਰ ਰਹੇ ਨੇ। ਤੋ ਸਾਡੀ ਮੰਗ ਹੈ ਇਹਨਾਂ ਨੂੰ ਵਰਕ ਸਟੇਸ਼ਨ ਦਿੱਤੇ ਜਾਣ, ਪਟਵਾਰੀਆਂ ਨੂੰ ਸਾਰਿਆਂ ਨੂੰ ਸੌਫਟਵੇਅਰ ਦੀ ਇੱਥੇ ਤੱਕ ਗੱਲ ਹੈ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਫਟਵੇਅਰ ਦਿੱਤਾ ਹੋਇਆ, ਸਾਨੂੰ ਵਾਰ ਵਾਰ ਖੱਜਲ ਖੁਆਰੀ ਕਰਕੇ ਛੋਟੇ ਤੋਂ ਛੋਟੇ ਕੰਮ ਲਈ ਤਹਿਸੀਲ ਆ ਕੇ ਕੰਪਿਊਟਰ 'ਤੇ ਐਂਟਰੀ ਕਰਾਉਣੀ ਪੈ ਰਹੀ ਹੈ, ਜਦਕਿ ਸਾਰੇ ਹੀ ਜਦੋਂ ਭਰਤੀ ਹੋਈ ਹੈ ਵੈਲ ਐਜੂਕੇਟਡ, ਗ੍ਰੈਜੂਏਸ਼ਨ ਮਾਸਟਰ ਗ੍ਰੈਜੂਏਸ਼ਨ ਸਾਰਿਆਂ ਕੋਲ ਹੈਗੀ ਹੈ ਪੋਸਟ ਗ੍ਰੈਜੂਏਸ਼ਨ। ਤੋ ਸਾਨੂੰ ਜਿਹੜੀ ਮੰਗ ਹੈ ਸਾਡੀ ਵੀ ਸੌਫਟਵੇਅਰ ਮੁਹੱਈਆ ਕਰਾਏ ਜਾਣ, ਨਾਲ ਨਾਲ ਲੈਪਟੋਪ ਦੇਣ ਦੀ ਜਿਹੜੀ ਗੱਲ ਕਹੀ ਸੀ ਸਰਕਾਰ ਨੇ ਉਹ 'ਤੇ ਵੀ ਗੱਲ ਹਲੇ ਸਰਕਾਰ ਪੂਰੀ ਤਰ੍ਹਾਂ ਉਤਰੀ ਨਹੀਂ ਹੈਗੀ। ਵਿਜੀਲੈਂਸ ਦੇ ਜਿਹੜੇ ਕੇਸ ਹੁੰਦੇ ਨੇ ਸਿੱਧੀ ਇਨਕੁਆਇਰੀ ਦੀ ਬਜਾਏ ਪਹਿਲਾਂ ਡਿਪਾਰਟਮੈਂਟ ਦੀ ਇਨਕੁਆਇਰੀ ਦੀ ਮੰਗ ਕਰਦੇ ਹਾਂ, ਉਹਦੇ ਬਾਅਦ ਹੀ ਅਸੀਂ ਦਖਲ ਅੰਦਾਜ਼ੀ ਹੈ ਜਿਹੜੀ ਉਹ ਮਨਜ਼ੂਰ ਕਰਾਂਗੇ। ਜਿਹੜੀਆਂ ਸਾਡੀਆਂ ਮੰਗਾਂ ਨੇ ਇਹਨਾਂ ਦੀ ਪੂਰਤੀ ਨਹੀਂ ਕੀਤੀ ਜਾਂਦੀ ਤਾਂ 21 ਜੂਨ ਤੋਂ ਜਿਹੜੇ ਪਟਵਾਰ ਸਰਕਲ ਵਾਧੂ ਪਏ ਨੇ, ਵਾਧੂ ਪਟਵਾਰ ਸਰਕਲਾਂ ਦਾ ਕੰਮ ਸਾਡੇ ਪਟਵਾਰੀ ਸਾਹਿਬਾਨ ਕਰ ਰਹੇ ਨੇ, ਇਹ ਕੰਮ ਜਿਹੜਾ ਬੰਦ ਕੀਤਾ ਜਾਊਗਾ, ਅਤੇ ਜਿਹੜੀ ਪਬਲਿਕ ਨੂੰ ਖੱਜਲ ਖੁਆਰੀ ਹੋਊਗੀ ਉਹਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਹੋਊਗੀ। ਅਤੇ ਇਸ ਤੋਂ ਬਾਅਦ ਵੀ ਅਗਰ ਸਾਡੇ ਪਰਿਵਾਰ ਸਰਕਲਾਂ ਦਾ ਵਾਧੂ ਦਾ ਕੰਮ ਬੰਦ ਕਰਨ ਉਪਰੰਤ ਵੀ ਸਰਕਾਰ ਸਾਡੀ ਨਹੀਂ ਸੁਣਦੀ ਹੈਗੀ ਤਾਂ ਕਲਮ ਛੋੜ ਹੜਤਾਲ ਆ ਜਿਹੜੀ ਉਹ ਪ੍ਰੋਪਰ ਵੇ ਦੇ ਨਾਲ ਕੀਤੀ ਜਾਊਗੀ ਪੂਰੇ ਪੰਜਾਬ ਦੇ ਵਿੱਚ। ਵੀ ਪੂਰਾ ਪਰਿਵਾਰ ਯੂਨੀਅਨ ਸਮਰਥਨ ਦੇ ਰਹੇ ਹਾਂ ਅਸੀਂ 100%, ਜੋ ਇਹਨਾਂ ਦੀਆਂ ਮੰਗਾਂ ਨੇ ਉਹੀ ਸੇਮ ਸਾਡੀਆਂ ਮੰਗਾਂ ਨੇ। ਨਾ ਕੋਈ ਵਰਕ ਸਟੇਸ਼ਨ ਹੈ ਇੱਥੇ, ਨਾ ਕੋਈ ਦਫ਼ਤਰ ਹੈ, ਨਾ ਪਰਿਵਾਰੀ ਜੀ ਦਾ, ਨਾ ਕਾਨਗੋ ਨਾਲ ਸੇਵਾਦਾਰ ਹੈ ਕੋਈ ਇੱਥੇ, ਪੂਰਾ ਦੁਆਲੇ ਨਿਕਲਿਆ ਪਿਆ ਪੰਜਾਬ ਸਰਕਾਰ ਦਾ। ਅਤੇ ਜੋ ਇਹਨਾਂ ਨੇ ਕੋਟਾ ਕੀਤਾ 50% ਨਾਇਬ ਤਹਿਸੀਲਦਾਰੀ ਦਾ ਕਾਨਗੋਆਂ ਦਾ, ਉਹ 100% ਕੀਤਾ ਜਾਵੇ ਤਾਂ ਕਿ ਥੱਲੇ ਤੋਂ ਜੋ ਕੰਮ ਨੇ ਉਹ ਸਹੀ ਤਰੀਕੇ ਨਾਲ ਹੋ ਸਕਣ। ਮੈਂ ਅਸੀਂ ਪੂਰ ਜ਼ੋਰ ਇਹਦੀ ਹਮਾਇਤ ਕਰਦੇ ਹਾਂ।